ਆ ਪਈਆਂ ਸਜਾਈਆਂ ਮੂਲੀਆਂ, ਦੇਖੀ ਗੱਲੀਆਂ ਦੇ ਕੰਮ ਲੱਗਦੇ ਨੇ ਇਹ, ਹੈ ਨਾ। ਅੱਜ ਮੂਲੀਆਂ ਧਰੀਆਂ ਨੇ ਇਹ, ਮੂਲੀਆਂ ਦੇ ਪਰੌਂਠੇ ਬਣਨੇ ਹੈ ਅੱਜ, ਪੋਚਾ ਵੀ ਖੜ ਕੇ ਲਾਉਣਾ ਪੈ ਰਿਹਾ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਆ ਰਹੀ ਹੈ। ਸਾਨੂੰ ਕੀ, ਸਾਨੂੰ ਤਾਂ ਮੂਲੀਆਂ ਵਾਲੇ ਪਰੌਂਠੇ ਮਿਲ ਜਾਣ ਬਸ, ਆਹ ਬੰਦਾ ਬਣਾਊ ਸਾਡਾ। ਮੈਂ ਤਾਂ ਬਣਾਉਣ ਵਾਲੀ ਹਾਂ, ਮੈਂ ਅੱਜ ਮੈਂ ਬਿਲਕੁਲ ਡਾਈ। ਹੈਲੋ ਗਾਇਸ, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਿਵੇਂ ਤੁਸੀਂ ਸਾਰੇ, ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ, ਜਿੰਨੀ ਅੱਜ ਠੰਡ ਪੈ ਰਹੀ ਹੈਗੀ, ਹੈ ਨਾ, ਇਸ ਸੀਜ਼ਨ ਦੇ ਵਿੱਚ ਠੰਡ ਦੇ 'ਚ ਕਾਫੀ ਜ਼ਿਆਦਾ ਧੁੰਦਾਂ ਸ਼ੁਰੂ ਹੋ ਗਈਆਂ ਨੇਗੀਆਂ, ਅਤੇ ਇੰਨੀਆਂ ਧੁੰਦਾਂ ਦੇ ਵਿੱਚ ਆਪਣੇ ਮੂਲੀ ਵਾਲੇ ਪਰੌਂਠੇ ਤਾਂ ਬਣਦੇ ਨੇਗੇ, ਹੈ ਨਾ। ਆਹ ਦੇਖੋ, ਇਸੇ ਕਰਕੇ ਮੂਲੀਆਂ ਮੰਗਵਾਈਆਂ ਨੇ ਅੱਜ, ਅਤੇ ਚੱਲਦੇ ਹੈਗੇ। ਅਤੇ ਕਰਨਾ ਕਿਹਨੂੰ ਪੈਣਾ, ਆਪਾਂ ਨੂੰ ਪੈਣਾ ਗਾ। ਗਰਮ ਪਾਣੀ ਨਾਲ ਲਾ ਰਹੇ ਹੋ ਪੋਚਾ ਜੀ? ਅੱਛਾ, ਪੋਚਾ ਵੀ ਗਰਮ ਪਾਣੀ ਨਾਲ ਲਾਦਾ। ਆ ਗਿਆ ਗੇ ਰਸੋਈ ਦੇ ਵਿੱਚ, ਅੱਧੇ ਤਾਂ ਰਸੋਈਏ ਦੇ ਆਪਾਂ ਹੀ ਮਾਲਕ ਆਗੇ, ਅੱਧੇ ਗਏ ਨੇ ਕਿ ਅੱਧੇ ਕਾਪਾਂਗੇ। ਹਾਂ, ਤੈਨੂੰ ਕਿੱਥੋਂ ਮਿਲ ਜੇ, ਹਜੇ ਮਿਲਿਆ ਤਾਂ ਸਾਨੂੰ ਨਹੀਂ ਹੈਗਾ ਕੁਛ ਖਾਣ ਨੂੰ, ਤੈਨੂੰ ਕਿੱਥੋਂ ਦੇ ਦੇਈਏ ਪਹਿਲਾਂ ਹੀ। ਚਲੋ ਗਾਇਸ, ਮੈਂ ਮੂਲੀਆਂ ਨੂੰ ਕੱਦੂਕਸ ਕਰਨਾ ਗਾ, ਫੇਰ ਇਹ ਪਰੌਂਠੇ ਬਣਨਗੇ। ਬੱਚੇ ਟਿਊਸ਼ਨ ਗਏ ਹੋਏ ਨੇਗੇ, ਜਦੋਂ ਤੱਕ ਆਉਂਦੇ ਨੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਨੇ ਤਿਆਰੀ ਕਰ ਲੈਣੀ ਹੈਗੀ। ਚਲੋ ਮੈਂ ਕਰਦਾ ਮੂਲੀਆਂ ਕੱਦੂਕਸ, ਅਤੇ ਉਹ ਆਪਣਾ ਪੋਚਾ ਲਾ ਕੇ ਫਿਰ ਆਉਂਦੇ ਨੇ, ਫਿਰ ਬਣਾਉਂਦੇ ਨੇ ਮੂਲੀ ਵਾਲੇ ਪਰੌਂਠੇ ਆਪਣੇ ਵਾਸਤੇ। ਲਓ ਮੂਲੀਆਂ ਕਰ ਲਈਏ ਸਾਫ, ਮੂਲੀਆਂ ਤਾਂ ਆਪਣੀਆਂ ਹੋ ਗਈਆਂ ਨੇ ਸਾਫ ਕਰੀਬ ਕਰੀਬ, ਉਹਨਾਂ ਕਦੋਂ ਪੱਤਾ ਮਾਰ ਗਿਆ। ਮੂਲੀਆਂ ਕ੍ਰਿਸਟਲ ਕਲੀਅਰ ਮੂਲੀਆਂ, ਕੱਦੂ ਬਸ ਕਰ ਲਈਏ। ਦੇਖੋ ਗਾਇਸ, ਕੋਈ ਕਰਦਾ ਹੋਏਗਾ ਤੇ ਇੰਨੀ ਮਿਹਨਤ ਤਾਂ ਮੈਨੂੰ ਵੀ ਦੱਸ ਦੇ ਕੁੜੀਏ। ਚਲੋ ਉਹ ਤਾਂ ਬਣ ਗਈ, ਉਹ ਕਰਦੀ ਇਹਨਾਂ ਦਾ ਕੰਮ ਬਸ। ਪੰਜ ਲੱਗਣੇ ਨੇ ਉਹ ਜਿਹਾ ਬਣਾ ਰੱਖਿਆ ਸੀਗਾ, ਮਨਾ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ, ਮਿੰਟ ਤਾਂ ਨਹੀਂ, ਸਾਰੇ 10 ਲੱਗਣੇ, 5 ਲੱਗਣੇ ਨੇ, 5 ਮਿੰਟ ਬਹੁਤ ਨੇ, ਜ਼ਿਆਦਾ ਹੀ ਕਹਿੰਦੇ 5 ਵੀ ਹਜੇ ਮੈਂ, ਟਾਈਮ ਤਾਂ ਘੱਟ ਹੀ ਲੱਗਣਾ ਗਾ। ਬੜਕਾ ਵੀ ਅੱਧੀ ਮੂਲੀ ਤਾਂ ਪਿੱਛੋਂ ਜੇ ਮੂਲੀ ਪੱਤੂ ਲੱਗਦਾ ਨਹੀਂ ਬਣੀ, ਐਂ ਹੁੰਦਾ ਵੀ ਕਿਤੇ ਨੱਪ 'ਤੇ ਨਾ ਬਚੇ। ਸੈੱਟ ਪਰ ਲੈ ਕਾਲਾ ਮੂਲੀ ਕਰਕੇ ਗਾਇਸ ਆਪਾਂ ਰੈਡੀ ਕਰਤਾ ਗਾ, ਦੇਖੋ ਸਾਰਾ। ਅਤੇ ਹੁਣ ਇਹਨਾਂ ਦੀ ਰਿਸਪੋਂਸੀਬਿਲਟੀ ਹੈਗੀ ਪਰੌਂਠੇ ਬਣਾਉਣੀ, ਆਪਾਂ ਹੁਣ ਕੁਛ ਨਹੀਂ ਕਰਨਾ, ਇਹਨਾਂ ਨੇ ਬਣਾਉਣੇ ਨੇ ਅਤੇ ਆਪਣੇ ਖਾਣੇ ਨੇ ਜੀ। ਆ ਜਾਓ ਬੱਚੇ ਆਪਣਾ ਆ ਜਾਣਗੇ ਫਿਰ ਉੱਥੇ ਤੱਕ। ਲਓ ਜੀ, ਕਰਤਾ ਤੁਹਾਡਾ ਤਿਆਰ, ਬਣਾ ਤੇ ਬਣਾ ਦਿਓ, ਬਣਾ ਕੇ ਸਾਨੂੰ ਖਵਾ ਦਿਓ, ਬਣਾ ਕੇ ਆਪਾਂ ਨੂੰ ਸਾਨੂੰ ਖਵਾ ਦਿਓ, ਹੁਣ ਨਾ ਸਾਨੂੰ ਦੁਬਾਰਾ ਬਣਾ ਲਿਓ, ਸਾਨੂੰ ਪੈ ਗਿਆ ਦੁਰ ਸਰੀਰ 'ਚ, ਠੰਡ ਬਹੁਤ ਆ ਗਈ। ਫਿਰ ਹੁਣ ਕਈ ਵਾਰ ਬੰਦੇ ਨੂੰ ਕੰਮ ਆਉਂਦਾ, ਕੋਈ ਸਮਾਨ ਚੱਕਣਾ ਹੁੰਦਾ, ਪੱਖੇ ਦੀ ਹਵਾ ਲੈਣੀ ਹੁੰਦੀ ਹੈ, ਗਰਮੀ ਹੁੰਦੀ ਹੈ ਬੰਦੇ ਨੂੰ, ਉਹ ਪੱਖਾ ਚੱਲਦਾ ਉੱਪਰ। ਹੋਰ
ਅੱਛਾ ਆ ਹੁਣੇ 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 ਤੇਰਾ ਹੀ ਕੰਮ ਕਰਕੇ ਆਇਆ ਰਸੋਈ ਦੇ ਵਿੱਚ ਉਹ ਕੰਮ ਨਹੀਂ ਸੀਗਾ ਉਹਨੂੰ ਉਹ ਕੀ ਹੈ ਜਿਹੜਾ ਹੋ ਗਿਆ ਉਹ ਕੀ ਹੈਗਾ ਹੋਰ ਗਾਹਾਂ ਕਰਨ ਵਾਲੇ ਨਹੀਂ ਸੋਚਦੀ ਹੈਗੀ ਉਹ ਵੀ ਨਾ ਉਹ ਵੀ ਨਾ ਹੁਣ ਹੁਣ ਕਿਹੜਾ ਕਹਿ ਲਈ ਫਿਰ ਮੁੜ ਕੇ ਕਿਹੜਾ ਕੰਮ ਨਹੀਂ ਹੋਣਾ ਕੋਈ ਆਪਦੇ ਬਣਾਉਂਦੇ ਰਹਿਣਗੇ ਪਰੌਂਠੇ ਪਰੌਂਠੇ ਜਦੋਂ ਬੱਚੇ ਆ ਗਏ ਫਿਰ ਉਹਨਾਂ ਨਾਲ ਬੈਠ ਕੇ ਰੋਟੀ ਖਾਂਦੇ ਆਗੇ ਆਉਣ ਵਾਲੀ ਹੋਣੀ ਬਸ ਉਹ ਵੀ ਥੋੜੇ ਟਾਈਮ ਤੱਕ ਲਓ ਜੀ ਕਿਆ ਬਾਤ ਹੈ ਕਿਆ ਬਾਤ ਬਣ ਗਏ ਪਰੌਂਠੇ ਮੈਂ ਮੇਰੇ ਨਹੀਂ ਇੱਕ ਮਸਾਂ ਵੱਧ ਆ ਜਾ ਬਹਿ ਜਾ ਹੁਣ ਉੱਪਰ ਆ ਜਾ ਹੁਣ ਸਾਰ ਹੁਣ ਕਾਰਟੂਨ ਲਾ ਲੂਗਾ ਦੇਖੀ ਰੋਟੀ ਦੇ ਦਿਓ ਇਹਨੂੰ ਰੋਟੀ ਖਾ ਲਾ ਪਹਿਲਾਂ ਉਹ ਆਲੂ ਦੇ ਕੱਚਾ ਆਲੂ ਬੱਚੇ ਗੱਲ ਸੁਣ ਗੁਰਮਨ ਦੀ ਡਿਊਟੀ ਲਾਤੀ ਤੇਰੀ ਹੁਣ ਪਤੰਗ ਤੇ ਗੁਰਮਨ ਚੜਵਾਊਗਾ ਤੇਰੇ ਨਾਲ ਆਪਦੇ ਕੋਠੇ ਤੇ ਚੜ੍ਹ ਦਿਓ ਜੇ ਉਹਦੇ ਤੇ ਚੜ੍ਹ ਦਿਓ ਠੀਕ ਆ ਹੁਣ ਰੋਟੀ ਖਾ ਲਾ ਕਿਵੇਂ ਨੇ ਟੇਸਟੀ ਨੇ ਪਰੌਂਠੇ ਨਾਲ ਪਰੌਂਠੇ ਨਾਲ ਖੇਡ ਕਿਵੇਂ ਨੇ ਲਾਗੇ ਚੜਾਉਣ ਪਤੰਗ ਲਾਗੇ ਚੜਾਉਣ ਕਿੱਥੇ ਆਹ ਚੜ ਰਿਹਾ ਫਤਿਹ ਵਾਲਾ ਪਤੰਗ ਅੱਜ ਚੜਾਇਆ ਜਾ ਕੇ ਕੱਲ ਦਾ ਪਰਸੋਂ ਦਾ ਜਾਣ ਖਾਣ ਲੱਗਿਆ ਬਈ ਪਤੰਗ ਚੜਾਉਣਾ ਪਤੰਗ ਚੜਾਉਣਾ ਫਤਿਹ ਚੜ ਗਿਆ ਹੁਣ ਤਾਂ ਅੱਛਾ ਭੱਜਿਆ ਆਉਂਦਾ ਸੀ ਕਹਿੰਦਾ ਬਾਹੂਬਲੀ ਬਣਿਆ ਉਡਾ ਲਓ ਇਧਰ ਐਕਸਰਸਾਈਜ਼ਾਂ ਚੱਲ ਪਈਆਂ ਨੇ ਕਰ ਲੈਂਦੀ ਤਾਂ ਹੁਣ ਕਰਦੀ ਨਹੀਂ ਸੀ ਮੈਂ ਤਾਂ ਟੱਪ ਦੇ ਸੀ ਲੱਕਾ ਵਾਂਗੂ ਚੱਲ ਚੱਲ ਕਿਉਂ ਗਿਆ ਚੋਰੀ ਆ ਰਹੀ ਕਿੱਥੇ ਚੋਰੀ ਆ ਰਹੀ ਆ ਅੰਗੇ ਛੱਡ ਜਾ ਗੱਡੀ ਦੇ ਖੜ ਜਾ ਰੌਲਾ ਹੀ ਹੋਰ ਨਹੀਂ ਹੈਗੀ ਇੱਕ ਅੱਧੀ ਹੋ ਗਈ ਭੱਜ ਗਈ ਨਹੀਂ ਉਹ ਤਾਂ ਭੱਜ ਗਈ ਹੋਊ ਪੁੱਤ ਉਹ ਹੁਣ ਇੱਥੇ ਡਰਦੀ ਮਾਰੀ ਉਹ ਤਾਂ ਆਪ ਹੈ ਨਹੀਂ ਭੱਜ ਗਈ ਆ ਰੂੰ ਚੱਕ ਕੇ ਗਲੀ ਨਾ ਆ ਰੂੰ ਚੱਕ ਕੇ ਡਸਟਬਿਨ 'ਚ ਪਾ ਦੇ
ਕੁਛ ਨਹੀਂ ਹੈਗਾ ਹੁਣ ਇਹ ਚ ਰੌਣਕਾਂ ਲਾ ਰੱਖੀਆਂ। ਉਹ ਆ ਗਈ ਚੂਹੀ ਰੋਕੀ, ਤੈਨੂੰ ਸਜ਼ਾ ਲਾਤੀ ਅੰਦਰ ਪਿੰਜਰੇ ਚ ਬੱਚਿਆਂ ਨੇ, ਹੁਣ ਨੀ ਹੈਗੀ, ਮਸ਼ਾ ਲਓ ਹੁਣ ਤਾਂ ਮਸ਼ਾ ਕੇ ਖੇਡ ਲਓ। ਆ ਨੀਚੋ ਸਾਰਾ ਖਾ ਗਈ ਚੂਹੀ, ਚੂਹੀ ਨੇ ਖਾ ਲਿਆ ਇਹ, ਚਲ ਬਹਿ ਕੇ ਖੇਡ ਲਓ ਹੁਣ ਆਪਣਾ। ਹਾਂ ਦੱਸੋ ਚਾਹ ਖੇਡਦਾ ਫਿਰ ਆ ਜਾਓ, ਠੀਕ ਆ, ਬਾਏ 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 ਬਾਏ। ਬੱਚੇ ਬੈਠੇ ਨੇ ਆਪਣਾ ਖੇਡ ਰਹੇ ਨੇ ਤੇ ਆਪਾਂ ਬਣਾਉਣੇ ਪਪੀਤਾ ਸ਼ੇਕ। ਪਪੀਤਾ ਪਿਆ ਗਾ ਆਪਣੇ ਕੋਲ ਕਾਫੀ ਪਿਆ ਸੀਗਾ, ਨਹੀਂ ਤਾਂ ਖਰਾਬ ਹੋ ਜਾਊਗਾ। ਤੇ ਆਹ ਮੁੰਡਿਆਂ ਨੇ ਕਹਿੰਦੀ ਐਕਸਰਸਾਈਜ਼ ਕਰਕੇ ਬੈਠੇ ਨੇ, ਹੁਣ ਸੋਚਾਂ ਚ ਪਏ ਪਏ ਨੇਗੇ, ਪਤਾ ਨੀ ਕੀ ਸੋਚ ਰਹੇ ਨੇ, ਕੀ ਸੋਚ ਰਹੇ ਨੇ? ਤਾਂ ਸੋਚ ਰਹੀ ਹਾਂ ਥੋੜਾ ਵੀ ਟੋਰ ਕੱਢ ਲਿਆ। ਕਿੰਨਾ ਕੁ ਕਟਾਉਣਾ ਹੋਗਾ? 4 ਕਿਲੋ। 40 ਕਿਲੋ? 4 ਕਿਲੋ। ਇੱਕ ਸੋਚ ਰਹੀ ਹਾਂ ਵੀ ਸੂਟ ਕਹਿਣਾ ਸਮਾਮਾ, ਸੂਟ ਸੂਟ ਸਮਾਲੀ ਤੂੰ ਪੀਲੇ ਰੰਗ ਦਾ, ਆ ਸੰਤਰੇ ਰੰਗ ਦਾ ਸਮਿਆ ਕੁੜੀ, ਸੰਤਰੇ ਰੰਗ ਦਾ ਸੱਚੀ ਕਰ ਲਾ ਮੇਰੇ ਨਾਲ। ਹੋਰ ਇੱਕ ਸੋਚ ਰਹੀ ਹਾਂ ਮੈਂ ਪਪੀਤੇ ਰੰਗ ਦਾ, ਪਪੀਤਾ ਤੇ ਸੰਤਰਾ ਇੱਕੋ ਰੰਗ ਦਾ ਨਾ, ਇਹਦਾ ਲੱਗਾ ਇਹਦਾ ਭਾਵਾਂ ਜਾਂ ਉਹਦਾ ਖੱਟਾ ਖੱਟਾ ਜਾਂ। ਚਲੋ ਮੈਂ ਤਾਂ ਪਪੀਤਾ ਕੱਟ ਰੱਖਿਆ ਹੈਗਾ, ਆ ਦੇਖੋ ਇਹਨਾਂ ਦਾ ਕੱਟ ਕੇ ਰੱਖਤਾ, ਬਾਕੀ ਇਹਦੇ ਵਿੱਚ ਪਤਾ ਯਾਰ 'ਚ ਹਨਾ ਇਹ 'ਚ ਪਾ ਕੇ ਹੁਣ ਬਣਾਉਣੇ ਪਪੀਤਾ ਸ਼ੇਕ ਨਾਲ ਤਾਂ ਜਵਾਕ ਪੀ ਲੈਣਗੇ ਹਨਾ, ਜਵਾਕਾਂ ਵਾਸਤੇ ਕੋਈ ਖਰਾਬ ਤਾਂ ਨਹੀਂ ਹੈਗਾ, ਠੀਕ ਆ ਨਾ, ਨਾਲੇ ਆਪਾਂ ਪੀ ਲਾਂਗੇ ਨਾਲੇ ਬੱਚੇ ਪੀ ਲੈਣਗੇ, ਠੀਕ ਆ। ਜਵਾਕਾਂ ਨੇ ਤਾਂ ਅੰਦਰ ਮੈਟਲ ਨਾਲ ਰੱਖੀਆਂ ਨੇਗੀਆਂ, ਪਿਕਨਿਕ ਮਨਾ ਰਹੇ ਨੇ ਅੱਜ ਪੂਰੀ ਛੁੱਟੀਆਂ ਦੀ, ਮੈਂ ਤਾਂ ਬਣਾਵਾਂ ਆਪਦਾ ਸ਼ੇਕ। ਪੈਸਿਆਂ ਤੋਂ ਵੀ ਮੀਰ ਮਾਰ ਰੱਖਿਆ ਬਸ, ਪੈਸੇ ਤਾਂ ਜਿੰਨੇ ਚਲਾਈ ਵੀ ਉਨੀ ਇਹ ਵਾਧਾ ਕਰਨਗੇ ਤੇਰੇ ਵਫਾ ਕਰਨਗੇ ਉਨੇ ਤੈਨੂੰ, ਪੈਸੇ ਕੁਛ ਤਾਂ ਚਲਾਈ ਚੱਲਿਆਗਾ, ਦੇ ਦਿਆ ਕਰ ਮੈਨੂੰ ਮੈਂ ਖਰਚਾ ਕਰੂੰਗਾ, ਹੈਗਾ ਬੋਲ ਜਿਹੜੀ ਹੈਗੀ ਮੈਂ ਇਕੱਲੇ ਹੀ ਬੋਲੀ ਜਾਂਦਾ। ਓ ਲੜਦਾਨੀਏ ਕਰੀਆਂ ਬੋਲਦੀ ਕਿਉਂ ਨੀ ਫਿਰ, ਮੈਂ ਪਪੀਤਾ ਸ਼ੇਕ ਬਣਾ ਰਿਹਾ ਤੇਰੇ ਵਾਸਤੇ, ਤੂੰ ਮੇਰਾ ਗੱਲਾਂ ਵੀ ਨਹੀਂ ਕਰ ਸਕਦੀ, ਬਹੁਤ ਪਤੇ ਤੁਸੀਂ ਕਿਸੀ ਵੀ ਆਪਕੋ ਜੇ ਵਾਲਾ ਕੰਮ ਨਹੀਂ ਦਿਆ ਜਾਏਗਾ, ਜੇ ਵਾਲਾ ਕੰਮ ਆਪਕੋ ਨਹੀਂ ਸੌਂਪਾ ਜਾਏਗਾ। ਲਿਆ ਵੀ ਬੱਚੇ ਲੋਗਾ, ਇਸ ਸ਼ੇਕ ਬਣ ਗਿਆ ਆਪਣਾ ਦਿੱਲੀ ਨਾ, ਇੱਥੋਂ ਡਰਾਈ ਫਰੂਟਸ ਕੱਢ ਕੇ ਲਿਆ, ਫਤਿਹ ਪੀਏਗਾ ਗੁਆਲੇ ਨੀ ਪੀਏਗੀ, ਇਹਦਾ ਉਦੇ ਡਾ ਰੋਟੀ ਚੱਕੀ ਫਿਰਦੇ ਨੇ ਖਾਣ ਦੇ ਵਾਸਤੇ, ਕੋਈ ਕੁਛ ਬਣਾਉਂਦਾ ਕੋਈ ਕੁਛ ਬਣਾਉਂਦਾ, ਆਪਾਂ ਤਾਂ ਸੇਕ ਪੀਂਦੇ ਬਾਈ ਪਾ ਕੇ, ਮੈਂ ਤਾਂ ਪੀਂਦੀ ਸ਼ਬਦ ਜਿੰਨੀ, ਚਲ ਤੂੰ ਨਾ ਪੀ। ਦੇਖੋ ਆ ਬਣਾਤਾ ਆਪਾਂ ਤੁਹਾਡਾ, ਡਾਏ ਫਰੂਟ ਨਹੀਂ ਹੈਗਾ ਇਹ, ਡਰਾਈ ਫਰੂਟ ਆ, ਡਰਾਈ ਫਰੂਟ ਹੈਗਾ, ਡਾਇਆ ਨਾ ਕਹੀ ਵੀ ਡਾਇਆ ਪਾਤਾ, ਡਾਇਆ ਨਹੀਂ ਡਰਾਈ ਫਰੂਟ।
ਇਹ ਹੋਰ ਮਾਰਦੇ ਸਾਰੇ ਨੂੰ ਡਾਇਆ ਪਵਾ ਕੇ ਨਹੀਂ ਸਾਡੇ ਬੰਦੇ ਨੇ ਮਿਹਨਤ ਕਰਕੇ ਜੱਗ ਭਰ ਕੇ ਸਾਰਾ ਅੰਦਰ ਜਾਊਗਾ ਆ ਚਾਹ ਚ ਦੁੱਧ ਪਾ ਦੋ ਮੜਾ ਜਾ ਦੁੱਧ ਚ ਚਾਹ ਬਾਅਦ ਚ ਪਾਈ ਜਾਈ ਪਹਿਲਾਂ ਤੂੰ ਇਹਨੂੰ ਫਟਾ ਕੇ ਆਪਦੇ ਉਹ ਚ ਪਵਾ ਲਾ ਠੀਕ ਚ ਟੈਕਨੀਕ ਹੈਗੀ ਨਵੀਂ ਅੱਜ ਕੱਲ ਮੈਂ ਘਰ ਦੀ ਗ੍ਰਹਿਣੀ ਬਣਿਆ ਹੋਇਆ ਹੈਗਾ ਜਿਹੜਾ ਨਹੀਂ ਹੋਇਆ ਬੰਦਾ ਤੁਹਾਡੀ ਕਰ ਰਿਹਾ ਕਰਾ ਓਏ ਹਾਂ ਓਏ ਆ ਦੇਖੋ ਜੀ ਹਾਂ ਨਾ ਕਿਵੇਂ ਉਹ ਪਾਓ ਨਵਾਂ ਰਮੇਸ਼ ਦੇ ਕਿੰਨਾ ਸੋਹਣਾ ਬਣਿਆ ਹੈਗਾ ਇਹ ਕਿੰਨੀਆਂ ਸੋਹਣੀਆਂ ਲਹਿਰਾਂ ਉੱਠ ਰਹੀਆਂ ਨੇ ਲਹਿਰਾਂ ਸਮੁੰਦਰ ਦੀਆਂ ਇਹ ਹੁਣ ਹਟਾਤੀ ਮੈਂ ਲਹਿਰਾਂ ਦੇਖਾਂ ਦੁੱਧ ਪਾਤਾ ਹਾਂਜੀ ਕਿਉਂ ਕਰਤੀ ਨਾ ਕਿਆ ਜਾਦੂ ਆ ਮੇਰੇ ਕੋਲ ਜਾਦੂ ਆ ਤੇਰੇ ਕੋਲ ਤਾਂ ਆਲਾ ਦਿਨ ਦਾ ਚਿਰਾਗ ਰੱਖਿਆ ਹੋਇਆ ਸੀ ਨਾ ਤੇਰੇ ਸਰਾਂ ਨੇ ਰਾਤ ਹਾਂ ਮੈਂ ਤਾਂ ਇੱਕ ਵਿਸ਼ ਮੰਗਦੀ ਆ ਪੂਰੀ ਹੋਰ ਰਾਤੋਂ ਰਾਤ ਤੁਸੀਂ ਮੰਗਣਾ ਕੁਝ ਦੱਸ ਦਿਓ ਕੀ ਪਾਇਆ ਜੀ ਇਹ ਤੂੰ ਦੱਸ ਤੂੰ ਦੱਸੀ ਦੱਸ ਦੱਸੋ ਕਿਉਂ ਕੀ ਪਾਇਆ ਪਿਸਤਾ ਪਿਸਤਾ ਪਿਸ ਪਹਿਲਾਂ ਪੀਸ ਫਿਰ ਤਾ ਪਿਸਤਾ ਪਿਸਤਾ ਪਹਿਲਾਂ ਪੀਸਿਆ ਫਿਰ ਇਹ ਪਾਇਆ ਇਸ ਕਰਕੇ ਇਹ ਇੰਨੇ ਸੋਹਣੇ ਬਣਾ ਕੇ ਰੱਖਤੇ ਇੱਕ ਸਾਡਾ ਜਾਗਾ ਭਰਿਆ ਪਿਆ ਜਾਂ ਹੁਣ ਇਹਨੂੰ ਵੀ ਪੀਣਾ ਹਜੇ ਅਸੀਂ ਨੇ ਅੰਦਰ ਬੱਚਿਆਂ ਦੀ ਚਾਹ ਬਣ ਰਹੀ ਹੈਗੀ ਆ ਡਰਾਈ ਫਰੂਟਸ ਉੱਪਰ ਰੱਖ ਦਿਓ ਹਾਂਜੀ 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 ਬੜੀ ਸਾਈਡ ਦਿਓ ਗ੍ਰੈਣੀ ਨੂੰ ਕਰ ਦੀ ਗ੍ਰੈਣੀ ਨੂੰ ਕਰ ਦੀ ਗ੍ਰੈਣੀ ਦੇਖ ਲੈ ਗ੍ਰੈਣੀ ਨੂੰ ਦੱਸ ਜੇ ਗ੍ਰੈਣੀ ਪੈ ਗਈ ਨਾ ਇੱਕ ਦਿਨ ਰੋਟੀ ਰੋਟੀ ਪਕਾ ਕੇ ਨਹੀਂ ਖਵਾਈ ਜਾਣੀ ਜਵਾਕਾਂ ਨੂੰ ਅਜੀ ਕੱਪ ਕਰਾਉਂਦੀ ਮੈਂ ਤਾਂ ਕੁੱਟ ਕੁੱਟ ਕੇ ਅਜੀ ਜੀ ਸ਼ੇਕ ਬਣਾਣਾ ਲਿਆ ਜੀ ਲਿਓ ਚਮਚਾ ਰੱਖ ਦੋ ਬੇਟੇ ਇੱਕ ਚਮਚਾ ਲਓ ਜੀ ਛੋਟਾ ਵਾਲਾ ਤੁਹਾਡੇ ਕਿਉਂਕਿ ਮੈਂ ਵੱਡਾ ਬੰਦਾ ਹੈ ਇਸ ਕਰਕੇ ਮੇਰੇ ਵੱਡਾ ਵਿੱਚ 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 ਆਇਆ ਛੱਡ ਦੂੰ ਮੈਂ ਚਮਚਾ ਨਾ ਨਹੀਂ ਛੱਡਦੀ ਨਹੀਂ ਛੱਡਦੀ ਮੈਨੂੰ ਪਤਾ ਚੱਲ ਜੀ ਨੂੰ ਬਾਏ ਪੀ ਉਹ ਦੇਖ ਚਾਹ ਨਾ ਉਬਲ ਜੇ ਮੇਰੀ ਇਹ ਚਾਹ ਹੈ ਉਬਲ ਹਾਂ ਡਰ ਲੱਗੀ ਪੀ ਗਿਆ ਦੇ ਕੀ ਨੂੰ ਛੱਲਣ ਨਾਲੇ ਤਾਂ ਦੇਖੀ ਆ ਰੱਖ ਰੱਖੀ ਨਹੀਂ ਹੈ ਦਵ ਰੋਟੀ ਆ ਨਾਲ ਕੀ ਨੂੰ ਖਾਓ ਨਾਲ ਕੀ ਨੂੰ ਚਾਹ ਪੀਓ ਉਹ ਜੂਸ ਕਟੇਗੀ ਉਹ ਦੇ ਇਹਦੇ ਨਾਲ ਕੱਢਦੀ ਦੇ ਕੇ ਜੂਸ ਅਰੇ ਨਿੰਬੂ ਨਿਚੋੜ ਦੇ ਨਾਲ ਗਲਾਸ ਚ ਰੱਖ ਦੇ ਕੱਢ ਕੇ ਹਾਂ ਫਰੈਸ਼ ਜੂਸ ਨਿਕਲਦਾ ਅਸੀਂ ਕੀ ਬਹਿਆ ਕਰਦੇ ਹੁੰਦੇ ਹਾਂਗੇ ਕੱਢ ਲਾ ਫਤਿਹ ਨੂੰ ਵੀ ਲਾ ਲੈਂਦੀ ਉਹ ਵੀ ਖਾ ਪੀ ਲੈਂਦਾ ਕੁਛ ਉਹੀ ਰਹਿ ਗਿਆ ਇਕੱਲਾ ਖਾਣ ਪੀਣ ਤੋਂ ਬਾਅਦ ਦੇ ਵਿੱਚ ਹੁਣ ਹਾਜ਼ਮ ਹੋ ਰਿਹਾ ਹੈਗਾ ਇਹਨਾਂ ਦਾ ਖਾਣਾ ਪੀਣਾ ਅੱਜ ਤੁਹਾਨੂੰ ਬਾਹਰ ਦਿਖਾਉਣੇ ਚੱਲ ਕੇ ਡਾਂਸ ਸਿੱਖ ਰਹੇਗੇ ਇਹਨਾਂ ਦੇ ਮੰਮਾ ਵੀ ਡਾਂਸ ਦਾ ਸ਼ੌਂਕ ਆ ਜਾ ਕੇ ਇਹਨਾਂ ਅੰਦਰ ਆ ਤੁਹਾਨੂੰ ਦਿਖਾਉਣੇਗੇ ਬਾਹਰ ਵੀ ਕਿਵੇਂ ਸਿੱਖ ਰਹੇ ਸਾਰੀ ਫੈਮਿਲੀ ਲੱਗੀ ਹੈ ਡਾਂਸ ਸਿੱਖਣਾ ਗਲੀ ਦਾ ਕੀ ਹੋ ਰਿਹਾ ਸਵਾਗਤ ਹੈ ਸਵਾਗਤ ਹੈ ਆਪਕਾ ਸਵਾਗਤ ਹੈ ਗੱਲੀ ਤੇ ਕਹਿ ਰਹੀ ਹੈਗੀ ਸਵਾਗਤ ਹੈ ਸਵਾਗਤ ਹੈ ਸੋਹਣਾ ਆ ਚਲੋ 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 ਕੰਟੀਨਿਊ ਕੰਟੀਨਿਊ ਬੱਚਾ ਲੋ ਬਾਬਾ ਇਹ ਉੱਪਰ ਹੋਏ ਕੰਮ ਲੈ ਪਿਆ ਉੱਪਰ ਕਰ ਦੇ ਬਾਬਾ ਇਹ ਹਾਂ ਮੂਹ ਤੇ ਇੱਕ ਸੁਣ ਕਾ
ਚੱਕਰ ਨੇ ਹਾਲ ਨਾ ਚਲੋ ਨਾ ਚਲੋ ਏ ਏ ਬੱਲੇ 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 ਇਹਨਾਂ ਨੇ ਕਿਹੜਾ ਡਾਂਸ ਸਿੱਖਣਾ ਨਾ ਤੈਨੂੰ ਸਿੱਖਣ ਦੇਣਾ ਨਾ ਆਪ ਸਿੱਖਣਾ ਇਹਨਾਂ ਨੇ ਪਤੰਗ ਚੜਾਈ ਗਿਆ ਹੁਣ ਸੌਂ ਗਿਆ ਉਹ ਬੈਠਾ ਬੈਠਾ ਰੋਟੀ ਆ ਗਈ ਰੋਟੀ ਆ ਗਈ ਟਾਈਮ ਹੋ ਗਿਆ ਸ਼ਾਮ ਹੋ ਗਈ ਉਹ ਦੇਖ ਲਈ ਰੋਟੀ ਲਈ ਬੈਠੀ ਦਿੱਲੀ ਬੈਠੀ ਹੋ ਕੇ ਖਾ ਸਿੱਧੇ ਹੋ ਕੇ ਬੈਠ ਕੇ ਖਾਇਆ ਰੋਟੀ ਫਤਿਹ ਤੂੰ ਵੀ ਬੈਠਾ ਹੋ ਪਤ ਹੋ ਜਾ ਬੈਠਾ ਬੰਦਾ ਬੈਠਾ ਹੋ ਜਾ ਬੰਦਾ ਹੋ ਜਾ ਬੈਠਾ ਤਕੜਾ ਹੋ ਗਿਆ ਬੈਠ ਕੀ ਖਵਾਉਂਗੇ ਹੁਣ ਤੁਸੀਂ ਦੱਸੋ ਅੱਧਾ ਖਾ ਲਓ ਜਿਹੜਾ ਖਾਣਾ ਮੈਂ ਸੂਪ ਬਣਾ ਕੇ ਖਾਣਾ ਖਾਂਦੇ ਨਹੀਂ ਹੁੰਦੇ ਸੂਪੇ 'ਚ ਪੀਂਦੇ ਹੁੰਦੇ ਜੀ ਸੂਪ ਬਣਾ ਕੇ ਪੀਣਾਗਾ ਚਲੋ ਗਾਇਸ ਮੈਂ ਵੀ ਆਪਦੇ ਪਾਸ ਸੂਪ ਬਣਾ ਕੇ ਪੀਂਦੇ ਹੈਗੇ ਗਰਮਾ ਗਰਮਾ ਗਲਾ ਖਰਾਬ ਹੋ ਰਿਹਾ ਥੋੜ੍ਹਾ ਥੋੜ੍ਹਾ ਇਹ ਤਾਂ ਆਪਣੀ ਸਬਜ਼ੀ ਖਾਣ ਲੱਗੀ ਹੈ ਤੇਰੇ ਤਾਂ ਕੋਈ ਵੀ ਨਾ ਨਿਕਲੀ ਜਿਹੜੀ ਮਰਜ਼ੀ ਹੋਵੇ ਤੂੰ ਕੋਈ ਸਬਜ਼ੀ ਨਹੀਂ ਖਾਣਾ ਨਹੀਂ ਲਿਆ ਸਬਜ਼ੀ ਦਾ ਆ ਰੋਟੀ ਖਾਣ ਲੱਗ ਗਿਆ ਟੋਲੂ ਸਾਡਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਕਾਫੀ ਘੱਟ ਨੇ ਹਾਂ ਕਮੈਂਟ ਵੀ ਕਰ ਦਿਆ ਕਰੋ ਗਾਇਸ ਔਰ ਕੱਲ ਨੂੰ ਮਿਲਦੇ ਫਿਰ ਹੁਣ ਤੁਹਾਨੂੰ ਨਵੇਂ ਬਲੌਗ ਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ।